ਕਹਿੰਦੇ ਨੇ ਸਿਆਸਤ ਦੇ ਵਿੱਚ ਸਾਰਥੀ ਦਾ ਰੋਲ ਬਹੁਤ ਜ਼ਬਰਦਸਤ ਹੁੰਦਾ ਹੈ ਕਿ ਰੱਥ ਨੂੰ ਕੌਣ ਆਪਰੇਟ ਕਰ ਰਿਹਾ ਹੈ, ਰੱਥ ਦੇ ਪਿੱਛੇ ਕੌਣ ਖੜਾ ਹੈ। ਪਰ ਸਿਆਸਤ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਕਦੋਂ ਸਾਰਥੀ ਹੀ ਰੱਥ ਨੂੰ ਕੰਟਰੋਲ ਕਰਨ ਲੱਗ ਜਾਵੇ ਇਹ ਨਹੀਂ ਪਤਾ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਾਰਥੀ ਦੇ ਮਨ ਮੁਤਾਬਿਕ ਕੰਟਰੋਲ ਕਰਨ ਵਾਲਾ ਹੋਵੇ ਤਾਂ ਫਿਰ ਗੱਲ ਵੱਖਰੀ ਹੁੰਦੀ। ਮੈਂ ਸਾਰਥੀ ਦਾ ਇਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਇਲੈਕਸ਼ਨ ਦੇ ਵਿੱਚ, ਜੇ ਮੈਂ 2022 ਦੇ ਇਲੈਕਸ਼ਨ ਦਾ ਜ਼ਿਕਰ ਕਰਾਂ ਜਿਸ ਨੂੰ ਸਾਰਥੀ ਕਿਹਾ ਗਿਆ, ਉਹ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਕੰਟਰੋਲ ਵਾਲੇ ਪੋਜੀਸ਼ਨ ਦੇ ਵਿੱਚ ਨੇ ਔਰ ਜੋ ਕੰਟਰੋਲ ਕਰ ਰਹੇ ਸੀ ਉਹ ਸਾਰਥੀ ਵਾਲੀ ਪੋਜੀਸ਼ਨ ਦੇ ਵਿੱਚ ਨੇ। ਗੁੰਝਲਦਾਰ ਮਾਮਲਾ ਹੈ, ਪਰ ਜਦੋਂ ਮੈਂ ਸੀਟ ਦਾ ਨਾਮ ਲਵਾਂਗਾ ਤੁਸੀਂ ਡਾਇਰੈਕਟਲੀ ਸਮਝੋਗੇ। ਮੈਂ ਜ਼ਿਕਰ ਕਰ ਰਿਹਾ ਗਿੱਦੜ ਬਾਹਾ ਦਾ। ਸਤਿ ਸ਼੍ਰੀ ਅਕਾਲ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਅਤੇ ਗਿੱਦੜ ਬਾਹਾ ਦੀ ਇਸ ਚੋਣ ਦੇ ਵਿੱਚ ਇੱਕ ਨਾਮ ਅਜਿਹਾ ਹੈ ਜਿਨ੍ਹਾਂ ਦੇ ਨਾਮ ਦੀ ਅਨਾਊਂਸਮੈਂਟ ਦੇ ਨਾਲ ਹੀ ਖੂਬ ਚਰਚਾ ਛਿੜ ਗਈ ਔਰ ਚਾਰ ਸੀਟਾਂ ਤੋਂ ਘੁੰਮ ਕੇ ਫੋਕਸ ਇੱਕ ਸੀਟ ਦੇ ਉੱਤੇ ਆ ਗਿਆ ਗਿੱਦੜ ਬਾਹਾ ਦੇ ਉੱਤੇ। ਅੱਜ ਸਾਡੇ ਨਾਲ ਉਹ ਮੌਜੂਦ ਨੇ। ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਅੰਮ੍ਰਿਤਾ ਵੜਿੰਗ ਜੀ, ਬਹੁਤ ਬਹੁਤ ਸਵਾਗਤ ਹੈ। ਟਿਕਟ ਤੁਹਾਨੂੰ ਕਾਂਗਰਸ ਪਾਰਟੀ ਨੇ ਦਿੱਤੀ ਹੈ, ਸ਼ੁਕਰੀਆ ਨਿਊਜ਼ 18 ਦੇ ਨਾਲ ਜੁੜਨ ਦੇ ਲਈ। ਰਾਜਾ ਵੜਿੰਗ ਜੀ ਸਾਡੇ ਨਾਲ ਜੁੜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੋਵੇਂ ਇਕੱਠੇ ਟਾਈਮ ਕੱਢ ਰਹੇ ਹੋ ਨਿਊਜ਼ 18 ਦੇ ਲਈ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸ਼ੁਕਰ੾ ਜੀ, ਥੈਂਕ ਯੂ ਸੋ ਮਚ। ਨਿਊਜ਼ 18 ਬੁਲਾਵੇ ਤੇ ਅਸੀਂ ਇਕੱਠੇ ਟਾਈਮ ਨਾ ਕੱਢੀਏ, ਹੋਈ ਨਹੀਂ ਸਕਦਾ। ਸ਼ੁਕਰੀਆ ਬਹੁਤ ਬਹੁਤ। ਨਿਊਜ਼ 18 ਬੁਲਾਵੇ, ਤੁਸੀਂ ਆਵੋ ਫਿਰ ਫਰਕ ਤਾਂ ਪੈਂਦਾ। ਮੈਂ ਸ਼ੁਰੂਆਤ ਕਰਦਾ, ਮੈਂ ਸ਼ੁਰੂਆਤ ਦੇ ਵਿੱਚ ਸਾਰਥੀ ਦਾ ਜ਼ਿਕਰ ਕੀਤਾ। ਸਾਰਥੀ 2022 ਦੇ ਵਿੱਚ ਵੜਿੰਗ ਜੀ ਨੇ ਦੇਖ ਲਿਆ, 2017 ਦੇ ਵਿੱਚ ਦੇਖ ਲਿਆ, ਇਸ ਵਾਰ ਸਾਰਥੀ ਤੁਹਾਨੂੰ ਲੱਗਦਾ ਕਿ ਠੀਕ ਮਿਲਿਆ ਹੋਇਆ? ਵੜਿੰਗ ਸਾਹਿਬ, ਰਾਜਾ ਜੀ ਤੁਹਾਡੇ ਰੱਥ ਦੀ, ਤੁਹਾਡੇ ਇਲੈਕਸ਼ਨ ਦੀ ਸਾਰਥੀ ਵਾਲੀ ਭੂਮਿਕਾ ਦੇ ਵਿੱਚ ਸਾਨੂੰ ਨਜ਼ਰ ਆ ਰਹੇ। ਦੇਖੋ, ਹਮੇਸ਼ਾ ਇੱਕ ਦੂਜੇ ਦੇ ਨਾਲ ਰਲ ਕੇ ਜ਼ਿੰਦਗੀ ਦੇ ਵਿੱਚ ਜੋ ਵੀ ਅੱਜ ਤੱਕ ਕਮਾਇਆ, ਜੋ ਵੀ ਕੀਤਾ, ਸਦਾ ਰਲ ਕੇ ਕੀਤਾ ਅਤੇ ਕਦੀ ਇਹ ਨਹੀਂ ਸੋਚਿਆ ਕੋਈ ਪਿੱਛੇ ਹੈ, ਕੋਈ ਅੱਗੇ ਹੈ। ਹਮੇਸ਼ਾ ਇੱਕ ਦੂਜੇ ਦਾ ਹੱਥ ਫੜ ਕੇ ਅੱਜ ਤੱਕ ਜੋ ਫੈਸਲੇ ਲਏ ਹੈ, ਜੋ ਜਿੱਤ ਹਾਸਿਲ ਕੀਤੀ ਹੈ ਔਰ ਜਿੱਥੋਂ ਤੱਕ ਪਹੁੰਚੇ ਹੈ, ਇਕੱਠੇ ਹੀ ਪਹੁੰਚੇ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰੇ 'ਤੇ ਸ਼ਾਇਦ ਇਸ ਗੱਲ ਦਾ ਕੋਈ ਬਲਾ ਅਸਰ ਨਹੀਂਗਾ ਕੌਣ ਸਾਰਥੀ ਹੈ ਅਤੇ ਕੌਣ ਪਿੱਛੇ ਹੈ। ਮੈਨੂੰ ਤਾਂ ਲੱਗਦਾ ਹਮੇਸ਼ਾ ਬਰਾਬਰ ਰਹੇ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਦਾ ਇਸੇ ਤਰ੍ਹਾਂ ਰਹੂਗਾ। ਤੁਸੀਂ ਮੁਸਕਰਾ ਵੀ ਰਹੇ ਹੋ ਅਤੇ ਸਾਰਥੀ ਵਾਲੀ ਭੂਮਿਕਾ ਮੈਂ ਪਿਛਲੇ ਇੱਕ ਘੰਟੇ ਤੋਂ ਆਲਮੋਸਟ ਇੱਥੇ ਹੈ, ਜਦੋਂ ਪੂਰਾ ਸੈਟਅਪ ਲੱਗ ਰਿਹਾ ਸੀਗਾ ਅਤੇ ਮੈਂ ਮਹਿਸੂਸ ਵੀ ਕਰ ਰਿਹਾ ਕਿ ਸਾਰਥੀ ਬਹੁਤ ਐਕਟਿਵ ਹੈ। ਤਾਂ ਕਿਵੇਂ ਐਕਟਿਵ ਹੈ ਸਾਰਥੀ ਨੂੰ? ਤਾਂ ਐਕਟਿਵ ਹੋਣਾ ਪਏਗਾ ਕਿਉਂਕਿ ਜਿਹੜਾ ਮੇਰਾ ਸਾਰਥੀ ਸੀਗਾ ਉਹਨੇ ਮੇਰੀ ਮੰਜ਼ਿਲ ਸਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਈ ਔਰ ਅਸਲ ਵਿੱਚ ਜਿਹੜਾ ਸਾਰਥੀ ਸ਼ਬਦ ਹੈ, ਮੈਂ ਸਮਝਦਾ ਕਿ ਉਹਨੂੰ ਬੜੀ ਖੂਬਸੂਰਤੀ ਨਾਲ ਨਿਭਾਇਆ ਔਰ ਮੈਂ ਐਕਟਿਵ ਇਸ ਕਰਕੇ ਨਜ਼ਰ ਆ ਰਿਹਾ, ਹਾਲਾਂਕਿ ਮੇਰੀ ਅੱਜ ਸਿਹਤ ਥੋੜ੍ਹੀ ਠੀਕ ਨਹੀਂ ਹੈ। ਅੱਜ ਮੇਰਾ ਸਾਰਥੀ ਜੋ ਸੀ, ਅੱਜ ਉਹ ਇਸ ਕਾਬਿਲ ਹੋ ਗਿਆ ਕਿ ਉਹ ਪੂਰਾ ਰੱਥ ਨੂੰ, ਜਿਵੇਂ ਤੁਸੀਂ ਰੱਥ ਦੀ ਬਾਰੇ ਡਿਫਾਈਨ ਕੀਤਾ, ਉਸ ਰੱਥ ਨੂੰ ਪੂਰਾ ਕੰਟਰੋਲ ਕਰਨ ਦੇ ਵਿੱਚ ਮਾਹਿਰ ਹੋ ਗਿਆ ਅਤੇ ਹੁਣ ਮੈਂ ਸਾਰਥੀ ਦੇ ਰੂਪ ਦੇ ਵਿੱਚ ਉਹਨੂੰ ਵੇਖ ਰਿਹਾ ਕਿ ਕਿਸ ਖੂਬਸੂਰਤੀ ਦੇ ਨਾਲ ਮੇਰਾ ਸਾਰਥੀ ਜਾਂ ਮੇਰੀ ਹਮਸਫ਼ਰ ਜਾਂ ਮੇਰਾ ਸਾਥੀ ਇਸ ਰੱਥ ਦੀ ਕਮਾਂਡ ਕਰੇਗਾ ਔਰ ਸੇਵਾ ਕਰੇਗਾ। ਤੁਸੀਂ ਗਿੱਦੜ ਬਾਹਾ ਦਾ ਜ਼ਿਕਰ ਕਰ ਦਿੱਤਾ, ਮੈਂ ਇਸ ਸਵਾਲ 'ਤੇ ਥੋੜ੍ਹੀ ਜਿਹੀ ਲੇਟ ਆਉਣਾ ਸੀ। ਮਤਲਬ ਤੁਹਾਡੇ ਸਟੇਟਮੈਂਟ ਦੀ, ਪਹਿਲੀ ਸਟੇਟਮੈਂਟ ਦੇ ਵਿੱਚ ਇਹ ਮੈਂ ਮਹਿਸੂਸ ਕਰ ਪਾ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਹੁਣ ਮੈਂ ਕਮਾਨ ਅੰਮ੍ਰਿਤਾ ਜੀ ਨੂੰ ਗਿੱਦੜ ਬਾਹਾ ਦੀ ਸੌਂਪ ਦਿੱਤੀ। 100% ਜਦੋਂ ਚੁਣਾਵ ਅੰਮ੍ਰਿਤਾ ਵੜਿੰਗ ਲੜੇਗੀ ਤਾਂ ਕਮਾਂਡ ਅੰਮ੍ਰਿਤਾ ਵੜਿੰਗ ਸੰਭਾਲੇਗੀ। ਨੈਚੁਰਲੀ ਤੁਸੀਂ ਤਿਆਰ ਕਰ ਰਹੇ ਹੋ ਐਂਡ ਤੁਸੀਂ ਆਪਦਾ ਕੋਈ ਸਾਥੀ ਤਿਆਰ ਕੀਤਾ, ਉਹਨੂੰ ਤਿਆਰ ਕਰਕੇ ਤੁਸੀਂ ਉਹਨੂੰ ਆਪਦੀ ਜਗ੍ਹਾ ਸੌਂਪ ਦਿੱਤੀ ਹੈ ਕਿ ਹੁਣ ਤੁਸੀਂ ਇਹ ਸੰਭਾਲਣੀ ਹੈ ਔਰ ਮੈਂ ਕੁਝ ਹੋਰ ਸੰਭਾਲਾਂਗਾ, ਹੋਰ ਕੰਮ ਕਰਾਂਗਾ, ਹੋਰ ਹਲਕਾ ਸੰਭਾਲੂੰਗਾ। ਇਟਸ ਨੋਟ ਅਬਾਊਟ ਹਲਕਾ, ਮੈਨੂੰ ਲੱਗਦਾ ਬਹੁਤ ਸਾਰੇ ਕੰਮ ਹੈ ਪੰਜਾਬ ਦੇ। ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਮੈਂਬਰ ਆਫ ਪਾਰਲੀਮੈਂਟ ਲੁਧਿਆਣਾ ਨੇ ਬਹੁਤ ਵੱਡਾ ਮਾਨ ਸਤਿਕਾਰ ਦਿੱਤਾ। 3 ਵਾਰੀ ਮੈਂ MLA ਹਾਂ ਔਰ 1 ਵਾਰੀ ਮੈਂ ਮੈਂਬਰ ਆਫ ਪਾਰਲੀਮੈਂਟ, ਕਾਂਗਰਸ ਦਾ ਪ੍ਰਧਾਨ ਹੈ। ਜ਼ਿੰਦਗੀ 'ਚ ਤੁਹਾਡਾ ਕੋਈ ਮਿਸ਼ਨ ਹੁੰਦਾ, ਮਨਿਸਟਰ ਬਣ ਗਿਆ, ਸੁਪਨੇ ਹੈ। ਮੈਂ ਦੇਖਦਾ ਹਾਂ ਉਹਨਾਂ ਲੋਕਾਂ ਨੂੰ, ਸ਼ਰਦ ਪਵਾਰ ਵਰਗੇ ਲੋਕਾਂ ਨੂੰ, ਭਜਨ ਲਾਲ ਜੀ ਵਰਗੇ ਲੋਕਾਂ ਨੂੰ, ਜਿਹਨਾਂ ਲੋਕਾਂ ਨੇ ਕਿਸ ਤਰ੍ਹਾਂ ਆਪਦੇ ਇਲਾਕਿਆਂ ਦੀ, ਆਪਦੇ ਸਾਥੀਆਂ ਦੀ ਉਹ ਸੇਵਾ ਕੀਤੀ ਔਰ 50-50 ਸਾਲਾਂ ਤੋਂ ਲਗਾਤਾਰ ਤਕਰੀਬਨ ਉਹਨਾਂ ਦੇ ਪਰਿਵਾਰ ਦੇ ਲੋਕ ਉੱਥੇ, ਲੋਕਾਂ ਦੇ ਚਹੇਤੇ ਰਹੇ, ਲੋਕਾਂ ਦੇ ਦਿਲਾਂ 'ਚ ਵਸੇ ਰਹੇ। ਐਂਡ ਸੱਚ ਜਾਣਿਓ, ਮੈਂ ਅਗਰ ਗੱਲ ਕਰਾਂ ਤਾਂ ਜਦੋਂ ਇਹ ਬਾਏ ਇਲੈਕਸ਼ਨ ਦੀ ਗੱਲ ਆਈ ਤਾਂ ਮੈਂ ਕਨਫਿਊਜ਼ ਸੀਗਾ। ਮੈਂ ਹਮੇਸ਼ਾ ਆਪਣੇ ਮਨ 'ਚ ਗੱਲਾਂ ਕਰਦਾ,
मैं अपने दिमाग नाल गल करदा फिर मैं अपने दिल नाल गल करदा मैं सुनदा सब दी हां बट फिर मैं दिमाग नाल जो मैं गल की तो मेरा दिमाग कह रहा है कि पांच इलेक्शन जिंदगी दे तू लड़ चुके हैं ये हुण छेवां इलेक्शन है क्योंकि तुसी इलेक्शन लड़ना सौखी गल नहीं है थोड़ी सेहत ते बड़ा असर पैंदा है और बहुत सारा कुछ लगता है एंड बाय इलेक्शन तो बहुत ही औखा इलेक्शन हुंदा है तो जो मैं आपके दिमाग नूं पुछिया तो दिमाग मेरा कह रहा है कि रुक रुक ना लड़ो रुक जा तू लड़ना साल है ला दो साल नूं फिर इलेक्शन है क्योंकि थोड़े साथी संगी हर साल इलेक्शन हो गया ना तीजे साल है तो तीजा इलेक्शन हो गया तो फिर मैं अपने दिल नाल गल कीती जो मैं अपने दिल नाल गल कीती तो दिल मैनूं कह रहा सी ना 33 साल की उम्र च तू गिदड़बा की धरती ते आया सी तेरी माँ नहीं सी 6 साल का सी जो तेरी माँ चली गई सी 9 साल का सी जो तेरा बाप चला गया सी तू कोई पोलिटिकल पछोकड़ नहीं सीगा तो इस धरती ते आके तू वड्डे दिग्गज लोगों नाल लड़िया जिथे अज तक कांग्रेस जीती नहीं सी ते इन्हां ने इन्ना तेनू प्यार दिता अज जो राज भाग है इतों तक पहुँचाउण दा काम किया गिदड़बा ने किया तो मेरा दिल ने कहा कि ना मेरा दिल कहना नो 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 इथे तेरा ना इथे तेरा परिवारिक मैंबर लड़ेगा तेरा सारथी लड़ेगा तो फिर मैं अपने दिल की आवाज सुनदिया होया सारथी मेरा मजबूत सी मैनू ये सारथी मेरा काफ़ी देर तो तैयार सी मैनू लगता सी उन्हें फिट है सो सारथी नू मैदान दे चुका ठीक है मैं क्योंकि इलेक्शन कैंपेन का जिक्र तुसी पिछले कई दिनों तो एक्टिव हो कैंपेन नू लेके टिकट अनाउंस होने तो बाद जिहड़ी कैंपेन स्टार्ट हुई ऑलमोस्ट 10 बज रहे ने रात दे सवेरे किवें स्टार्ट करदे हो किन्ने क बजे हो जांदा है की डिफरेंट है तुहानू राजा जी लई प्रचार करना और हुण खुद दे लई हालांकि बहुत बहुत इनिशियल स्टेज है तुहाडी टिकट अनाउंस तो बाद नहीं इनिशियल स्टेज नहीं गई मैं ये कहूँगी कि जब टिकट अनाउंस हुई रात तो एक बार तो सिंक इन नहीं की फीलिंग रियलाइज ही नहीं होया कि आप दे लई मेरी टिकट अनाउंस होगी पर जब सुबह उठे अरदास करवाई अरदास करवाने तो बाद जिस तरह के लोग मिले न्यूज़ चैनल्स वाले आए तो इस तरह महसूस होया कि एक बहुत वड्डी जिम्मेवारी अगे तो राजा जी लई प्रचार करीदा सी प्रचार करके बेनती करीदी सी लोगों नूं मिलीदा सी ते चलो जिम्मेवारी खत्म हो जाती सी पर इस बार वो एक जिम्मेवारी महसूस हुई कि जिहड़ी पहला राजा करिया करदे सी वो कम काफ़ी डिफिकल्ट है एक एक बंदे नूं तुसीं जाके मिलदे हो हर एक का कम करवाउणा अज मैं ये देख रही सी कि इस बजुर्ग का मैनू नाम नहीं पता तो मैं क्या भी आपके भाषण के कि भाई कई मैं नाम नहीं पता पहला मेरी काम करवाने की जिम्मेवारी नहीं सी एक बतौर पॉलिटिशियन जो इलैक्टोरल पॉलिटिक्स के होंगे तो नाम जानने जरूरी है कि तुसी कैंपेन कर रहे हो तो कोई प्रॉब्लम नहीं तो तुसी ए कह रहे हैं नहीं मैंने वैसे ही एक रिस्पोंसिबिलिटी फील होंदी है कि जदों तुसी किसी भी काम के लिए चुने जाने हो या तुसी कोई प्रोफेशन चूज करते हो जो तुसी किसी नूं मिलदे हो जे तुहानूं नाम ही नहीं पता तो की कनैक्ट बनाओगे की अगले का काम पुछोगे सो बेसिकली नाम तो मैं वैसे एक जिक्र किया है पर अदरवाइज कि वो जिहड़ा जिम्मेवारी का एहसास होया मैनूं भाषण दिंदे दौरान जो लोगों ने अज काम कहने पहला लोग इस तरह काम नहीं कहते अज उन्होंने आपके मसले बोलने शुरू करते भाषण के दौरान तो वो एक्सपैक्ट कर रहे थे कि मैं राइट अवे यदा कोई कोई क्रक्स देव हाँ जी हाँ जी तो वो जिम्मेवारी का एहसास डेफिनेटली डिफरेंट सी अज पहला नालों काफ़ी डिफरेंट सी अच्छा कन्फ्यूजन का जिक्र हो रहा है थोड़े अंदर कन्फ्यूजन से इलेक्शन लड़न लैके या तो पहले ही कॉन्फिडेंट से मैं एक होर चीज़ जाननी चाहता कि देखो लोग जो तुम देख रहे हो वो तो कह रहे होंगे तो घर वाली गल है तुम तो पता ही होना है कि तुम्हारी टिकट आ रही है तुम्हें क्या कि नहीं रात को अनाउंस हुई है तो खुद को किस तो पता लगे कि हाँ तुम्हारी टिकट क्लीयर हो चुकी राजा जी ने दसाया कि मीडिया वाला ने या कोई उपरों कॉल आया मैनू मेरी एक फ्रेंड मेरे नाल कार सी नीतू उन्होंने हसबेंड की उन्होंने कॉल आई कि टिकट रिलीज हो चुकी है एंड उन्होंने स्क्रीनशॉट भेजा उन्होंने अच्छा इधरों नहीं आया स्क्रीनशॉट मेरा एक्चुअली जनरली फोन मेरे को नहीं होंगे बिकॉज बार हुई है सारा दिन कैंपेन करी दी मैं फोन नहीं रखती आपका नाल तो वह मैंने टैक्सट आया बिकॉज ये चल रहा है बड़े दिनों तो कि टिकट आऊगी बिकॉज जिहड़ा नाम आप प्रपोज किया ना तो लोकल कांग्रेसी लीडर्स पता से नाम प्रपोज किया होया सी किसी का चलो जो भी पार्टी का फैसला रहा भावें राजा जी प्रेजिडेंट ने पर फिर भी पार्टी हाईकमांड का ही फैसला होंदा है तो नाम प्रपोज किया होया सी साडे भरा ही है वह भी जिन्हों का किया प्रपोज पर पार्टी ने यह फैसला लिया
और मैं बहुत धन्नवादी हाँ इस चीज़ वास्ते, पर जे ना भी हुंदा कन्फ्यूजन सी, जे ना भी हुंदा जी नहीं कोई श्योरिटी नहीं सी होगा। मैं तद भी उन्नी कैंपेन करनी सी। लोग इस चीज़ नूं मन्नणगे कि स्टेट प्रेजिडेंट दी पत्नी खुद टिकट दे चाहवान होण, ऑबवियस है कि तुहाडा नाम तां फ्लोट होया होएगा या इन्हां वल्लों गया होएगा, तुसीं खुद कहा होएगा कि तुसीं दावेदार होवो और तुहानूं टिकट ना मिले। नहीं देखो मेरी गल सुनो, ये नहीं 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 गल ये कोई जरूरी नहीं गा, ये कोई जरूरी नहीं। नाले नाम किसी होर दा प्रपोज करके भेजा सी, उस नाम ते डिस्कशन हुई, ये पार्टी हाईकमांड का फैसला हुंदा है। मैं सारे लोगों सारे दर्शकों ये दसना चाहनी है कि टिकट का फैसला हमेशा पार्टी हाईकमांड का हुंदा है और ये भी उन्होंने ही फैसला है। अखीर तक मैं कोई श्योरिटी नहीं सी कि टिकट अनाउंस होगी, जब तक अनाउंस नहीं ना हो जाती पॉलिटिक्स दे विच उदो तक कुछ भी फाइनल नहीं। हाँ बिल्कुल सेम गल जित दे लई भी कही जाती है कि जो तक तुहाडा अनाउंसमेंट जित वाली नहीं होगी उस टाइम तक। मैं कन्फ्यूजन वाले तो जरूर तुहाडे तों जानना चाहुंदा, कोई किसी पॉइंट दे उत्ते जाके मन दे विच दिल च दिमाग दे विच सी कि नहीं थोड़ा जिहा दूर रहां इस इलैक्शन तों, कुछ सी इस तरीके तों? तुहाडियां बहुत चर्चावां रही कि तुसीं 2024 दे इलैक्शन लोक सभा वाला लड़ सकदे हो, पर नहीं सी इस वारी ज़्यादा सोचा नहीं सी। बिल्कुल हाँ जी बिल्कुल सोचा नहीं सी, जो होगा दिखी जाऊगी, बिल्कुल इस थॉट को छड़ता सी। बड़िंग साहब बाय इलेक्शन भी क्यों चूज किया गया? इट्स नॉट अबाउट बाय इलेक्शन, अमन दी काफ़ी डिमांड सीगी इन बठिंडा लोकसभा, पीपल वॉन्ट कि अमृता विड़िंग हरसिमरत कौर बादल के खिलाफ चुनाव लड़े। बींग ए पीसीसी प्रधान, अपनी वाइफ वास्ते ही अगर मैं टिकट मंगा तो मेरे वास्ते चंगी गल नहीं है। तुसी नहीं मंगी टिकट? नो I have not asked for the ticket from Bathinda. अगर मैं मांगता तो मैंने टिकट दे देनी सी हाई कमांड ने, मैंने लगता सी बिकॉज नॉट ओनली मेरी वाइफ करके वो टिकट देनी सी, आई थिंक शी इज़ द बेस्ट कैंडिडेट, क्योंकि ये मीडिया से आम लोग कहते रहे और फिर काफ़ी चर्चाएं भी हुई कि ये जान के नहीं लड़े और क्यों नहीं लड़े, क्योंकि अगर बतौर प्रधान राजा विड़िंग आपकी वाइफ का ना ही लेके चला जाएगा तो मैंने लगता मेरी लीडरशिप न चंगा नहीं लगेगा। और ऑल दो मैं ये भी दसना चाहना, मैनू कोई गुरेज नहीं है, अमृता हमेशा मैंबर ऑफ पार्लियामेंट दी दा चुनाव लड़न दे विच इच्छक सी बिकॉज पार्लियामेंट चंगा वड्डा एक्सपोजर रहिंदा है गलबात दा लोकां नाल एंड प्रेजेंटेशन इन लोकसभा जिहड़ा कि प्लेटफॉर्म एमएलए ते घट मिलदा है। इस बारी भी डेफिनेटली हाउ कैन आई से कि मेरी वाइफ नू टिकट दे दिता जावे, मेरी वाइफ नू टिकट दिता जावे। बीइंग ए पीसीसी प्रधान मैनू कुछ नाम प्रपोज करने होंगे क्योंकि नहीं तो हाईकमांड सोचेगी कि राजा विड़िंग अपनी वाइफ वास्ते टिकट मंग रहे। कुछ लोगों की यह भी परसैप्शन सी विच कि राजा विड़िंग आपकी वाइफ नू लड़ाना नहीं चाहता तो जान बुझ के किसी होर व्यक्ति नू लड़ाना चाहेगा तो उरी बली देगा, क्योंकि अल्टीमेटली लोग इस तरह परसैप्शन क्रिएट कर देंगे कि ये लड़ेगा नहीं। अगर मैं ना लड़दा तो लोगों ने कहना सी कि राजा विड़िंग गिदड़बा तो भज गया। नहीं लोग होने भी नहीं विड़िंग साहब लोग ये भी कहेंगे कि जे बाकी इलेक्शन लड़ना सी फिर सिमरत कौर बादल के खिलाफ लड़ते तुसी बठिंडा। सुनो उत्थे की कोई सैटिंग सी, बहुत चर्चावां चलियां, मैं लोकसभा ते ज्यादा फोकस नहीं करांगा। नहीं शुक्ला जी मेरी गल कंप्लीट हो जा जी प्लीज। मैं वो ये कह रहा सीगा कि असी टिकट कितों भी नहीं मंग सकते बिकॉज आई नो मैं सिस्टम ते ऑर्गेनाइजेशन दा बंदा है। मैं टिकट आपदे नाम दी आपदे परिवार दे नाम दी प्रपोज नहीं कर सकता। मैं राजा विड़िंग 116 टिकटां वंड सकदा है बींग ए कांग्रेस पार्टी दा प्रधान, लेकिन मैं अपने परिवार दे मैंबर दा नाम अपने आप प्रपोज नहीं करांगा। वो जे दिल्ली हाई कमांड जां उन्हां दे सर्वेस कहणगे कि अमृता इज़ द बेस्ट कैंडिडेट, देन आई कैन थिंक ओवर कि हाँ जी ठीक है अगर आप महसूस करते हो तो। इस करके भी इस बारी भी नहीं सीगा, मैंने याद है केसी वेणुगोपाल कॉल्ड मी, आई सेड सर एनी देयर इज़ अ बॉय, मैं उन्होंने टिकट दे दो, कोई होर किसी नू साडे कोले तैयार हैगे है, हो सकदा बाय इलैक्शन ओह लड़ाई लड़नगे, लेकिन कई बार बाय इलैक्शन इट्स अ टफ इलैक्शन तो अगली वारी वास्ते एक साडे कोले बंदा तैयार हो जाता है। बट उन्होंने मैंने घुमा के गल कही कि नहीं नहीं आई थिंक योर वाइफ इज़ द बेस्ट कैंडिडेट, बिकॉज फीडबैक कला पीसीसी प्रधान का नहीं होंदा, बहुत सारे जर्नलिस्ट होंदे आ, बहुत सारे अदर प्लेटफॉर्म्स होंगे जितों उन्होंने पता लगता रहता है, होर सारे बहुत सारे लीडर्स होंगे। सो इट्स अ पार्टी डिसीजन बेसिकली,
ठीक है चलो मैं थोड़े टिकट वाले तो अगे वधा एक्चुअली मैं जो जिक्र कर रहा कि सैटिंग का बहुत जिक्र होया कि संगरूर ते बठिंडा की सैटिंग हो गई संगरूर ते लुधियाना की सैटिंग हो गई लोग सभा इलैक्शन उसका आंसर कर दौ पर मैं एक एक थोड़ा गिदड़ बहा पर फोकस करा गिदड़ बहा तुम करीब करीब 12 साल तो विधायकी तो घर हैगी है तुम दोबारा लोगों के को जा रहे हो कि साढ़े वाले पास ही आन दो किस पॉइंट के उत्ते किस किस इशू के उत्ते तुम लगता है कि लोग वोट कर गिदड़वाहा साढ़े परिवार की करम भूमि है गिदड़वाहा जिनी सियासत सीखी जो जो कुछ भी सीखा मैं जिंदगी दे मैं वह गिदड़वाह तो सीखा मैंने इस गल कोई गुरेज नहीं कह दे कि शुरुआत गिदड़वाहा तो की एंड आई स्टिल रिमैंबर जिस दिन मैं राजा जी पहले दिन कैंपेन करन दे लिए आई तो उन्होंने कहा जी तुसी इत्थे खड़ के बोलोगे तो ऑनेस्टली मैनू ज़्यादा नहीं सी आया बोलना मैं दो लाइना दे विच एक मंग रखी कि मेरी सब नू बेनती है वोट पाया जे दो गल्लां करके तो मैं स्टेज तो नीचे आ गई सी और जो कुछ भी बोलना सीख्या जिस तरह विचरी वो सब गिदड़वा तो सीख्या तो मैं गिदड़वे नू अपनी कर्म भूमि कहूँगी राजा वड़िंग हैज बीन ऑलवेज माय मेंटर चलो ये तो लाइफ पार्टनर है ना सब कुछ जिहड़ी तुसी कर्म भूमि वाला जिक्र कर रहे हो ना एक कैंडीडेट तुहाडे खिलाफ खड़े ने इस समय हाँ जी वो सेम लाइन बोल रहे हैं कहते मैं इतने बैक टू बैक इलेक्शन जीते हैं 5 इलेक्शन लड़े हैं 4 जीते हैं बेशक 2012 च हार गए सेम लाइन के उत्ते हूँ मैं मनप्रीत सिंह बादल का जिक्र कर रहा करम भूमि उन्होंने भी है उन्होंने भी इतों बाई इलेक्शन इनफैक्ट बाई इलेक्शन तो स्टार्ट किया आई थिंक यहाँ मैं बैटर आंसर कर सकता रादर दैन दैन बैक टू बैक अगर इलेक्शन जीते मनप्रीत बादल मेरा सवाल है कि फिर वो चले क्यों गए बठिंडा बठिंडा उन्होंने ईजी लग गया बठिंडा ईजी लग गया वाई नॉट गिदड़वा 10 साल तुसी बठिंडा च रहे तुसी एक बारी फाइनेंस मंत्री मेरा दिल टूट गया सी मैं बहुत काम किया मैं मनप्रीत बादल होरां दे दिल टूट गया कहंदे मैं 2012 तक 1995 देखो मैं फोकस नहीं करांगा पर तुसी नहीं नहीं यू शुड आस्क ओ कहंदे 1995 तो 2012 तक मैं बहुत काम किया सी पर जदों मैं पीपीपी बनाई तो 2012 दे विच मैं हार गया तो मैं लग्या कि मेरा दिल टूट गया फिर मैं थोड़ा जिहा दूर होया फिर मैं बठिंडे चला गया हुण मैं वापस आ गया पर शुक्ला लोगों का दिल नहीं टूटिया लोगों ने 20 साल जिताया ਤੁਸੀਂ ਕੀ ਕੰਮ ਕੀਤਾ ਸੀ ਮੈਂ ਕਾਲਜ ਲੈ ਕੇ ਆਇਆ ਦੇਰ ਇਜ਼ ਨੋ ਕਾਲਜ ਮੈਂ ਹਸਪਤਾਲ ਲੈ ਕੇ ਆਇਆ ਇੱਥੇ ਹਸਪਤਾਲ ਨਹੀਂ ਸੀ ਮੈਂ ਕਚਹਿਰੀਆਂ ਬਣਾਈਆਂ ਮੈਂ ਗੈਸ ਏਜੰਸੀਜ ਲੈ ਕੇ ਆਈਆਂ ਮੈਂ ਟ੍ਰੇਨਸ ਰੁਕਵਾਈਆਂ ਗਿੱਦੜਵਾ ਦੇ ਲੋਕਾਂ ਨੇ ਅਗਰ ਹਰਾ ਤਾ ਇੱਕ ਵਾਰੀ ਇਹਦਾ ਮਤਲਬ ਜਿਹੜਾ 4 ਵਾਰ ਤੁਹਾਨੂੰ ਜਿਤਾਇਆ ਗਿੱਦੜਵਾ ਦੇ ਲੋਕਾਂ ਦਾ ਦਿਲ ਨਹੀਂ ਟੁੱਟਿਆ ਸੋ ਸੇਮ ਆਂਸਰ ਫਰੋਮ ਗਿੱਦੜਵਾ ਲੋਕਾਂ ਦਾ ਕਿ ਭਾਈ ਤੁਸੀਂ ਇੱਕ ਵਾਰੀ ਹਰਾ ਤਾ ਇਹਦਾ ਮਤਲਬ ਤੁਹਾਨੂੰ ਜਿਤਾਈ ਜਾਣ ਤਾਂ ਫਿਰ ਤੁਹਾਡਾ ਦਿਲ ਨਹੀਂ ਟੁੱਟਦਾ ਇਹਦਾ ਮਤਲਬ ਫਿਰ ਤੁਸੀਂ ਬਠਿੰਡਾ ਚਲੇ ਗਏ ਹੁਣ ਮੈਂ ਫਿਰ ਸੋਚ ਰਿਹਾ ਬਠਿੰਡਾ ਨੇ ਤੁਹਾਨੂੰ ਜਿਤਾਇਆ 30,000 ਵੋਟਾਂ ਦੇ ਨਾਲ ਫਿਰ ਤੁਸੀਂ ਦੁਬਾਰਾ ਗਿੱਦੜਵਾ ਲੜੇ ਉੱਥੇ ਫਾਈਨਾਂਸ ਮਿਨਿਸਟਰ ਗਿੱਦੜਵਾ ਨੇ ਦੁਬਾਰਾ ਬਠਿੰਡਾ ਨੇ ਬਣਾਇਆ ਮਨਪ੍ਰੀਤ ਜੀ ਨੂੰ ਦੁਬਾਰਾ ਮਨਪ੍ਰੀਤ ਜੀ ਚੋਣਾਂ ਲੜੇ 64,000 ਵੋਟਾਂ ਨਾਲ ਹਾਰ ਗਏ ਹੁਣ ਤੁਸੀਂ ਬਠਿੰਡੇ ਤੋਂ ਦਿਲ ਟੁੱਟ ਗਿਆ ਸੋ ਫਿਰ ਤੁਹਾਡਾ ਤਾਂ ਦਿਲ ਟੁੱਟਦਾ ਰਹੇਗਾ ਤੁਸੀਂ ਪਾਰਲੀਮੈਂਟ ਲੜੇ ਤੁਸੀਂ ਬਠਿੰਡਾ ਪਾਰਲੀਮੈਂਟ ਤੋਂ ਤੁਹਾਡਾ ਦਿਲ ਟੁੱਟ ਗਿਆ ਫਿਰ ਰਾਜਾ ਵੜਿੰਗ ਲੜਿਆ ਹਰਸਿਮਰਤ ਦੇ ਖਿਲਾਫ ਤੇ ਤੁਹਾਡਾ ਦਿਲ ਤਾਂ ਟੁੱਟ ਹੀ ਜਾਣਾ ਆਲਦੋ ਵੋਟ ਮਨਪ੍ਰੀਤ ਸਿੰਘ ਬਾਦਲ ਦੀ ਬਾਦਲ ਪਿੰਡ 'ਚ ਹੈ ਬੀਜੇਪੀ ਦਾ ਕੋਈ ਕੈਂਡੀਡੇਟ ਬਾਦਲ ਪਿੰਡ 'ਚ ਨਹੀਂ ਹੈ ਈਵਨ ਕਾਂਗਰਸ ਦਾ ਕੈਂਡੀਡੇਟ ਵੀ ਬਾਦਲ ਪਿੰਡ 'ਚ ਬਾਦਲ ਹਲਕੇ 'ਚ ਲੰਬੀ 'ਚ ਕਮਜ਼ੋਰ ਸੀਗਾ ਉੱਥੋਂ ਚੱਲ ਕੇ ਤੁਸੀਂ ਬਠਿੰਡਾ ਸ਼ਹਿਰ 'ਚ ਗਏ ਬਠਿੰਡਾ ਸ਼ਹਿਰ ਇਜ਼ ਅ ਅਰਬਨ ਸੀਟ ਹਿੰਦੂ ਸੀਟ ਤੁਹਾਨੂੰ ਜਾ ਕੇ ਤੁਸੀਂ ਆਖਿਆ ਸੇਫ ਸੀਟ 'ਤੇ ਗਏ ਕਿ ਮੈਂ ਬਠਿੰਡਾ ਲੜਾਂਗਾ ਵਾਈ ਨੋਟ ਲੰਬੀ ਹੁਣ ਤੁਸੀਂ ਲੰਬੀ ਫੇਰ ਛੱਡ ਕੇ ਇੱਥੇ ਆ ਗਏ ਔਰ ਹੁਣ ਅਕਾਲੀ ਦਲ ਆਪਣਾ ਕੈਂਡੀਡੇਟ ਨਹੀਂ ਦੇ ਰਿਹਾ ਸਾਰੀ ਦੁਨੀਆ ਨੇ ਪ੍ਰਚਾਰ ਕਰਤਾ ਕਿ ਤੁਸੀਂ ਇਕੱਠੇ ਹੋ ਔਰ ਮੈਚ ਫਿਕਸ ਹੈ ਇਹਦਾ ਮਤਲਬ ਇਕੱਲੇ ਮਨਪ੍ਰੀਤ ਸਿੰਘ ਬਾਦਲ ਦਾ ਹੀ ਦਿਲ ਟੁੱਟਦਾ ਗਿੱਦੜਵਾ ਅਤੇ ਪਾਰਲੀਮੈਂਟ ਬਠਿੰਡਾ ਅਤੇ ਬਠਿੰਡਾ ਹਲਕੇ ਦਾ ਦਿਲ ਨਹੀਂ ਟੁੱਟਦਾ ਵਾਈ ਹਿਸ ਦਿਲ ਨਹੀਂ ਬੜਿੰਗ ਸਾਹਿਬ ਇਲੈਕਸ਼ਨ ਨਾ ਮੈਂ ਤੁਹਾਡੀ ਲਾਈਨ ਪੁਰਾਣੀ ਹੈ ਤੁਸੀਂ ਫਿਰ ਉਹੀ ਗੱਲ ਕਹਿ ਰਹੇ ਹੋ ਕਿ ਬਾਦਲ ਰਲੇ ਹੋਏ ਨੇ ਨੋ 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 ਤੁਸੀਂ ਲਾਸਟ ਇਲੈਕਸ਼ਨ 2022 ਦੇ ਵਿੱਚ ਸੇਮ ਲਾਈਨ ਦੇ ਉੱਤੇ ਸੀ ਤੁਸੀਂ ਹੁਣ ਫਿਰ ਉਸ ਲਾਈਨ ਦੇ ਉੱਤੇ ਹੋ ਕਿ ਬਾਦਲ ਰਲੇ ਹੋਏ ਨੇ ਸਾਡੇ ਖਿਲਾਫ ਯਾ ਹੁਣ ਇਹ ਕੰਮ ਕਰ ਗਿਆ ਨਾ ਇਹ 2022 'ਚ ਕੰਮ ਕਰ ਗਿਆ ਨੋ 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 ਕੰਮ ਨਹੀਂ ਹੈ ਲੋਕਾਂ ਨੂੰ ਇਹ ਲੱਗਦਾ ਸੀ ਖੈਰ ਰਾਜਾ ਵੜਿੰਗ ਹੀ ਬੋਲਦਾ ਇਹ ਹੁਣ ਕਲੀਅਰ ਕੱਟ ਮੈਸੇਜ ਹੈਗਾ ਕਿ ਬਾਦਲ ਸਾਹਿਬ ਨੇ ਮਨਪ੍ਰੀਤ ਬਾਦਲ ਨੂੰ ਕਾਂਗਰਸ ਭੇਜਿਆ ਸੁਖਬੀਰ ਬਾਦਲ ਬਾਦਲ ਸਾਹਿਬ ਨੇ ਮਨਪ੍ਰੀਤ ਨੂੰ ਕਾਂਗਰਸ ਭੇਜਿਆ ਠੀਕ ਹੈ ਕਾਂਗਰਸ 'ਚ ਰਹਿੰਦੇ ਹੋਏ ਆਪਣੇ ਸਾਰੇ ਕੰਮ ਧੰਦੇ ਔਰ ਸਮ ਸੈੱਟ ਰਿਹਾ ਸਾਰਾ ਕੁਛ ਉਹ ਸੰਭਾਲਦੇ ਸੀ ਉਹ ਦੇਖਦੇ ਸੀ ਤੁਹਾਨੂੰ ਇੱਕ ਗੱਲ ਦੱਸਾਂ
कि करोना काल सीगा जदों बीइंग ए फाइनेंस मिनिस्टर किसी दुकानदार का गोलगप्पे की रेहड़ी वाले का किसी न किसी तरह का मुआवजा नहीं मिलिया और किसी का कोई टैक्स वेव नहीं होया किसी का माफ नहीं होया कला ते कला बस ओपरेटर्स का होया 100 करोड़ के लगभग जिदे विचों कला जिहड़ा फायदा 10 to 20 करोड़ रुपए का बादल ट्रांसपोर्ट में होया बेसिकली उन्हां दी ट्रांसपोर्ट नूं फायदा देना से करोना च किसी का वेव ऑफ नहीं होया कोई भी चीज टैक्स दैट इज ओनली हुण तुसी ट्रांसपोर्ट मंत्री रहे हो तुसी क्यों नो 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 हुण बीजेपी च भेजा गया हुण सुखबीर जी बादल ते इकट्ठे है सारी दुनिया नूं पता हुण ओह बीजेपी चले गए हुण बीजेपी च उन्हां दे इंटरस्ट वॉच कर रहे हैं क्या जा रहा है कि बीजेपी च अलायंस कराउण दी पूरी तैयारी सी जदों एंड मोमेंट ते पिछली पार्लियामेंट च टुट गया ओ शुक्ला जी अलायंस सो मेरे कहण दा मतलब ये है कि तुसी बिल्कुल थोड़ा जिथों जिल करदा है मनप्रीत बादल साहब उत्थों चुनाव लड़ना चाहिए पर ये ना कहण भी मेरा इत्थों दिल टुट गया कि थोनू लगता भी चार बारी लोगों ने जताया इत्थों दिल टुट गया हुण बठिंडेओं दिल टुट गया फिर बठिंडा पार्लीमेंट चों दिल टुट गया हुण जे गिदड़बाणी फिर हराता ये उन्होंने पुछ लियो थोनू पहलां हराया सी तुसी चले गए बठिंडा बठिंडा वाले ने हराया तुसी इत्थे आ गए जे हुण फिर दीवार ते लिख के लै लो मनप्रीत बादल बहुत बुरी तरह हारेगा अगर इत्थों हार गए तुसी ये सवाल पुछ लियो फिर कितने तो नहीं कहोगे भी गिदड़बा ने मेरा दिल टुट गया तो हुण मैं जलालाबाद चले आ जां होर कितने चले चलो आंसर वैसे कर दिता मैं घूम फिर के दोबारा आऊंगा कि जिहड़ा करीब करीब 10-20 साल का उन्हां दा इफ आई एम नॉट रोंग 18 साल का ऑलमोस्ट 12-13 साल का वड़िंग साहब का यह दोवे के कंपेरिजन हो रहा है इस समय तुम इस चीज़ को महसूस कर रहे मनप्रीत बादल ते राजा जी का हाँ जी कार्यकाल का जो बतौर एमएलए लेट मी टेल यू कोई कंपेरिजन हो ही नहीं सकता एक धोखेबाज का वफादार के नाल की कभी मुकाबला हो सकता है दोवे पोल दे परिवार छड़ता फिर आपकी होर पार्टी बनाई वह छड़ती जिहड़े लोग उस पार्टी दे विच नाल आए सी वह छड़ते कांग्रेस च आ गए कांग्रेस तो सब कुछ लै लिया धोखेबाज वाली गल ताया जी ने पालिया पोसिया ताया जी छड़ते फिर भगत सिंह दी सौं खाधी मिट्टी मत्थे नूं लाई मिट्टी चक के पिंडां च वंडी इत्थे माघी दा मेला इत्थे लियांदी फिर भगत सिंह नूं छड़ता फिर कांग्रेस नूं मां बनाया कांग्रेस दे सोले गाए फिर हुण बीजेपी नूं सो मेरे सो मैं अग्गे वधां आई थिंक वी शुड नहीं मैं अग्गे वधां पर मैं इस समझना चाह रहा हां कि बड़िंग परिवार बादल परिवार ते बहुत तलख रहिंदा है क्यों नो 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 कोई तलख रहिंदा तलख तुसी कोई भी इलेक्शन जिस तरीके नाल लड़े ने ਤੁਹਾਡੇ ਨਿਸ਼ਾਨੇ ਤੇ ਬਾਦਲ ਪਰਿਵਾਰ ਬਹੁਤ ਰਹਿੰਦਾ ਹੈ ਮੈਂ ਬੇਨਤੀ ਕਰਦੀ ਹਾਂ ਬਾਦਲ ਪਰਿਵਾਰ ਨੂੰ ਮੈਂ ਸੁਖਬੀਰ ਵੀਰ ਜੀ ਨੂੰ ਤੇ ਸਾਡੇ ਭੈਣ ਜੀ ਨੂੰ ਹਰਸਿਮਰਤ ਕੌਰ ਜੀ ਨੂੰ ਸਾਡੇ ਬੀਬਾ ਜੀ ਇਹ ਸਤਿਕਾਰੀ ਹੋ ਗਿਆ ਮੇਰੇ ਤੋਂ ਉਮਰ 'ਚ ਵੀ ਵੱਡੇ ਨੇ ਮੈਂ ਬੇਨਤੀ ਕਰਦੀ ਹਾਂ ਕਿ ਬਾਈ ਜੀ ਚੋਣ ਆ ਕੇ ਜ਼ਰੂਰ ਲੜਿਆ ਜੀ ਪਲੀਜ਼ ਚੋਣ ਜ਼ਰੂਰ ਲੜਿਆ ਜੇ ਵੇਖੋ ਜਿੱਤਾਂ ਹਾਰਾਂ ਬਣੀਆਂ ਆਈਆਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹੁਤ ਕੁਛ ਬਖਸ਼ਿਆ ਹੈ ਬੜੀਆਂ ਰਾਜਗੱਦੀਆਂ ਬਖਸ਼ੀਆਂ ਬੜਾ ਮਾਨ ਸਨਮਾਨ ਬਖਸ਼ਿਆ ਮੈਂ ਬੜੇ ਸਤਿਕਾਰ ਪੂਰਵਕ ਪਰਿਵਾਰ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੇ ਕੋਲ ਅਕਾਲੀ ਦਲ ਦੀ ਪ੍ਰਧਾਨਗੀ ਹੈ ਮੈਦਾਨ ਛੱਡ ਕੇ ਭੱਜਣਾ ਜਾਇਆ ਜੇ ਸੁਖਬੀਰ ਬਾਦਲ ਤਾਂ ਨਹੀਂ ਲੜ ਪਾਉਣਗੇ ਉਹ ਤਾਂ ਅਕਾਲ ਤਖਤ ਸਾਹਿਬ ਨੇ ਇਜਾਜ਼ਤ ਨਹੀਂ ਦਿੱਤੀ ਅਕਾਲ ਤਖਤ ਕਿਹਨੇ ਨੇ ਇਜਾਜ਼ਤ ਦਿੱਤੀ ਕੌਣ ਹੈ ਪ੍ਰਧਾਨ ਅੱਜ ਅਚਨਚੇਤ ਇੱਕ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦਾ ਅਸੀਂ ਸਨਮਾਨ ਕਰਦੇ ਹਾਂ ਲੇਕਿਨ ਅਕਾਲ ਤਖਤ ਸਾਹਿਬ ਤੇ ਜਿਹੜੇ ਫਰਮਾਨ ਜਾਰੀ ਕਰਦੇ ਨੇ ਲੋਕ ਉਹ ਸੁਖਬੀਰ ਬਾਦਲ ਦੇ ਲੋਕ ਨੇ ਅਕਾਲ ਤਖਤ ਦਾ ਸਨਮਾਨ ਹੈ ਲੇਕਿਨ ਅਕਾਲ ਤਖਤ ਤੇ ਜਿਹੜੇ ਲੋਕ ਫਰਮਾਨ ਜਾਰੀ ਕਰਦੇ ਨੇ ਉਹ ਸੁਖਬੀਰ ਸਿੰਘ ਬਾਦਲ ਹੈ ਉਹ ਉੱਥੇ ਵੈਸੇ ਹੀ ਜੋ ਮਰਜ਼ੀ ਤੈਅ ਕਰ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਹੁਣ ਆਲ ਆਫ ਸਡਨ ਤੁਸੀਂ ਇਹ ਲਿਖ ਦਿਓ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕੋਈ ਹੋਰ ਤਾਂ ਨਹੀਂ ਕਰਾਰ ਸੁਖਬੀਰ ਸਿੰਘ ਬਾਦਲ ਕਰਾਰ ਹੈ ਬਿਲਕੁਲ ਸਿਮਰਤ ਜੀ ਨੂੰ ਲੜਾ ਦਿਓ ਮਜੀਠਾ ਸਾਹਿਬ ਨੂੰ ਲੜਾ ਦਿਓ ਤੁਸੀਂ ਚਾਰੇ ਮੇਰੇ ਕਹਿਣ ਦਾ ਮਤਲਬ ਹੈ ਅਕਾਲੀ ਦਲ ਦਾ ਪ੍ਰਧਾਨ ਜਾਂ ਤੁਸੀਂ ਸ਼ਰੇਆਮ ਕਹਿ ਦਿਓ ਯਾਰ ਅਸੀਂ ਲੋਕਾਂ ਨੂੰ ਹੁਣ ਬੇਵਕੂਫ ਬਣਾ ਰਹੇ ਹਾਂ ਅਸੀਂ ਇਕੱਠੇ ਹਾਂ ਅਸੀਂ ਮਨਪ੍ਰੀਤ ਬਾਦਲ ਦੇ ਖਿਲਾਫ ਨਹੀਂ ਲੜਾਂਗੇ ਚੁਣਾਵ ਮੇਰੀ ਪ੍ਰੋਬਲਮ ਬਾਦਲਸ ਨਾਲ ਨਹੀਂ ਹੈ ਮੇਰੀ ਪ੍ਰੋਬਲਮ ਇਹ ਹੈ ਕਿ ਮੈਂ ਬਾਦਲਸ ਦੀਆਂ ਜਿਹੜੀਆਂ ਚਲਾਕੀਆਂ ਹੈ
ਉਹ ਉਜਾਗਰ ਕਰਨ ਲੱਗ ਪਿਆ ਹੈ। ਤੁਹਾਨੂੰ ਲੱਗਦਾ ਆਦੇਸ਼ ਨਹੀਂ ਚੱਲੇ? ਤੁਹਾਨੂੰ ਲੱਗਦਾ ਆਦੇਸ਼ ਸਕ੍ਰਿਪਟਡ ਹੈ? 100% ਸਕ੍ਰਿਪਟਡ ਤੁਹਾਨੂੰ ਨਹੀਂ ਲੱਗਦਾ? ਸ਼ੁਕਲਾ ਜੀ ਤੁਹਾਨੂੰ ਦੱਸ ਦਿਓ, ਦਿਲ ਤੇ ਹੱਥ ਰੱਖ ਕੇ ਦੱਸ ਦਿਓ ਕਿ ਸਕ੍ਰਿਪਟਡ ਨਹੀਂ ਹੈ। ਤੁਸੀਂ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਕਿ ਸਕ੍ਰਿਪਟਡ ਨਹੀਂ ਹੈ ਸਟੋਰੀ, ਕਿ ਬਾਦਲ ਪਰਿਵਾਰ, ਮੈਂ ਤਾਂ ਕਹਿੰਦਾ ਕਿ ਲੜਨਾ ਚਾਹੀਦਾ ਉਹਨਾਂ ਨੂੰ। ਗਿੱਦੜਬਾ ਇੱਥੇ ਵੱਡੇ ਵੱਡੇ ਪੋਸਟਰ ਲਾਏ, ਇੱਥੇ ਸੁਖਬੀਰ ਮੈਡਮ ਨੂੰ ਹਰਸਿਮਰਤ ਕੌਰ ਨੂੰ ਇੰਚਾਰਜ ਲਾਤਾ। ਆਲ ਆਫ ਸਡਨ ਜਦੋਂ ਵੇਖਿਆ ਮਾਮਲਾ ਸਾਰਾ, ਦੋਨਾਂ ਦੀ ਸੈਟਿੰਗ ਹੋਈ ਕਿ ਯਾਰ ਤੁਹਾਡਾ ਵੀ ਬੁਰਾ ਹਾਲ ਹੋਊਗਾ, ਮੇਰਾ ਵੀ ਬੁਰਾ ਹਾਲ ਹੋਊਗਾ, ਆਪਾਂ ਐਂ ਕਰੀਏ ਇਕੱਠੇ ਰਹੀਏ, ਕੁਝ ਨਾ ਕੁਝ ਸਾਡੀ ਜ਼ਿੰਦਗੀ ਜ਼ਮਾਨਤ ਜ਼ਬਤ ਹੋਣ ਤੋਂ ਸ਼ਾਇਦ ਬਚ ਜਾਵੇ। ਸੋ ਇਹ ਪਲੈਨਿੰਗ ਦੇ ਅਧੀਨ ਹੋਇਆ ਬ੍ਰਦਰ ਸਾਰਾ ਕੁਛ। ਐਂਡ ਅੱਜ ਦੇ ਨਹੀਂ, ਬਾਦਲ ਸਾਹਿਬ ਤਾਂ ਇਸ ਗੱਲ ਦੇ ਮਾਹਿਰ ਨੇ, ਬਾਦਲ ਪਰਿਵਾਰ ਸੈਟਿੰਗ ਕਰਨ ਦੇ ਵਾਸਤੇ। ਸੋ ਇੱਦਾਂ ਇਹ ਕਰਦੇ ਨੇ। ਬਾਦਲ ਸਾਹਿਬ ਨੇ ਤਾਂ ਕਹਿਤਾ ਸੀ ਇੱਕ ਵਾਰੀ, ਵੱਡੇ ਬਾਦਲ ਸਾਹਿਬ ਦਾ ਮੈਂ ਬਹੁਤ ਸਤਿਕਾਰ ਕਰਦਾ, ਬਹੁਤ ਸੂਝਵਾਨ ਪੋਲੀਟੀਸ਼ੀਅਨ ਸੀ ਬਾਦਲ ਸਾਹਿਬ ਨੇ। ਇੱਕ ਵਾਰੀ ਵਿਧਾਨ ਸਭਾ 'ਚ ਕਹਿਤਾ ਸੀ ਫਲੋਰ ਆਫ ਦੀ ਹਾਊਸ, ਮੈਂ ਅਤੇ ਹਰਚੰਦ ਬਰਾੜ ਇੱਕ ਵਾਰੀ ਚੁਣਾਵ ਲੜੇ ਅਤੇ ਫਿਰ ਸਾਡੀ ਦੋਵਾਂ ਦੀ ਯਾਰੀ ਪੈ ਗਈ ਅਤੇ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਇੱਕ ਦੂਜੇ ਦੇ ਸਾਹਮਣੇ ਚੁਣਾਵ ਨਹੀਂ ਲੜਾਂਗੇ ਕਦੇ ਜ਼ਿੰਦਗੀ 'ਚ। ਸੋ ਠੀਕ ਕਹਿ ਰਹੀ ਆ ਅਮਨ, ਮੈਨੂੰ ਲੱਗਦਾ ਸੁਖਬੀਰ ਬਾਦਲ ਨੂੰ, ਕਿਉਂਕਿ ਲਾਸਟ ਬੈਟ, ਆਈ ਡੋਂਟ ਨੋ, ਸੁਖਬੀਰ ਜੀ ਬਹੁਤ ਸਿਆਣੇ ਡਿਪਟੀ ਮੁੱਖ ਮੰਤਰੀ ਰਹਿ ਗਏ ਨੇ, ਸੁਖਬੀਰ ਜੀ ਇਹ ਕਿਉਂ ਛੱਡ ਰਹੇ ਨੇ ਇਹ ਕਿਲ੍ਹਾ ਗਿੱਦੜਬਾ, ਲੰਬੀ ਮੁਕਤਸਰ ਉਹਨਾਂ ਦਾ ਜ਼ਿਲ੍ਹਾ। ਮੈਨੂੰ ਲੱਗਦਾ ਕਿ ਜਰਨਲ ਜਦੋਂ ਲਾਸਟ ਬਚ ਜੇ, ਪਹਿਲਾਂ ਜਰਨਲ ਫੌਜਾਂ ਨੂੰ ਲੜਾਉਂਦਾ ਹੈ, ਮਾਰੋ ਗੋਲੀ, ਬਾਰਡਰ 'ਤੇ ਖੜਾ ਮੈਂ ਤੁਹਾਡੇ, ਕਮਾਨ ਬੈਕਅਪ, ਦੁਸ਼ਮਣ ਦਾ ਸਾਹਮਣਾ ਕਰੋ, ਉਦੋਂ ਬਾਅਦ ਲਾਸਟ ਜਰਨਲ ਜਾਂਦਾ। ਤੁਸੀਂ ਉਹ ਗਦਰ ਮੂਵੀ ਦੇਖੀ ਹੈ ਨਾ, ਬੰਬ ਫੜ ਕੇ ਜਾਂਦਾ ਹੈ, ਉਹਨੂੰ ਪਤਾ ਹੁੰਦਾ ਮੈਂ ਮਰਨਾ, ਬਾਰਡਰ ਉਹ ਬੰਬ ਫੜ ਕੇ ਜਾਂਦਾ ਕਿ ਮੈਂ ਜਾਣਾ, ਮੈਂ ਮਰਨਾ ਹੈ। ਉਹ ਮਾਰਸ਼ਲ ਲੋਕ ਘੁਆਉਂਦੇ ਨੇ। ਮੈਨੂੰ ਲੱਗਦਾ ਹੁਣ ਬੰਬ ਫੜਨ ਦੀ ਲੋੜ ਸੀਗੀ ਸੁਖਬੀਰ ਸਿੰਘ ਬਾਦਲ ਨੂੰ, ਭੱਜਣ ਦੀ ਲੋੜ ਨਹੀਂ ਸੀਗੀ। ਸੋ ਇਸ ਕਰਕੇ ਜਿਹੜੇ ਲੋਕ ਹੈ ਨਾ, ਪਾਰਟੀ ਇੱਦਾਂ ਹੀ ਖਤਮ ਹੁੰਦੀ ਹੈ, ਇੱਦਾਂ ਸਲੋਲੀ ਸਲੋਲੀ ਜਿਹੜਾ ਇਹ ਟਾਈਟੈਨਿਕ ਸ਼ਿਪ ਸੀਗਾ ਉਹਨੂੰ ਇਹਨਾਂ ਨੇ ਵਾਇੰਡ ਅਪ ਕਰਤਾ। ਔਰ ਇਸ ਚੋਣ ਤੋਂ ਬਾਅਦ ਤੁਸੀਂ ਮੇਰੀ ਗੱਲ ਯਾਦ ਰੱਖਿਓ, ਲੋਕ ਹੌਲੀ ਹੌਲੀ ਤੱਕੜੀ ਚੋਣ ਨਿਸ਼ਾਨ ਭੁੱਲ ਜਾਣਗੇ। ਜਿਹੜੇ ਤੁਹਾਡੇ ਮੁਕਾਬਲੇ ਦੇ ਵਿੱਚ ਖੜ੍ਹੇ ਨੇ ਉਹਨਾਂ 'ਚ ਇੱਕ ਮੈਂ ਆਲਰੇਡੀ ਜ਼ਿਕਰ ਕਰ ਚੁੱਕਿਆ, ਇੱਕ ਹੋਰ ਨਾਮ ਵੀ ਹੈ ਡਿੰਪੀ ਢਿੱਲੋਂ ਦਾ। ਦੇਖੋ ਇਸ ਸਮੇਂ ਬਹੁਤ ਚਰਚਾ ਇਹ ਹੋ ਰਹੀ ਹੈ ਕਿ ਜਦੋਂ ਰਾਜਾ ਵੜਿੰਗ ਜੀ ਖੁਦ ਲੜੇ ਤਾਂ 1300 ਵੋਟਾਂ ਨਾਲ ਜਿੱਤੇ, ਉਦੋਂ 1300 ਵੋਟਾਂ ਨਾਲ ਜਿੱਤੇ, ਜਦੋਂ ਲੋਕ ਕੋਈ 30,000 ਨਾਲ ਹਾਰਿਆ, ਕੋਈ 65,000 ਨਾਲ ਹਾਰਿਆ, ਕੋਈ 40,000 ਨਾਲ ਹਾਰਿਆ, ਉਦੋਂ 1400 ਵੋਟ ਨਾਲ ਜਿੱਤਣਾ 40,000 ਵਰਗਾ ਸੀ। ਮੈਂ ਤੁਹਾਡਾ ਇਹ ਲਗਾਤਾਰ ਬਿਆਨ ਸੁਣ ਰਿਹਾ, ਪਰ ਜਿਹੜੇ 30,000 ਤੋਂ ਹਾਰੇ, 40,000 ਤੋਂ ਹਾਰੇ, ਉਹ ਆਮ ਆਦਮੀ ਪਾਰਟੀ ਤੋਂ ਹਾਰੇ। ਜਿਹੜਾ 1300 ਵੋਟਾਂ ਦਾ ਫਰਕ ਸੀ ਉਹ ਅਕਾਲੀ ਦਲ ਦਾ ਸੀ। ਅਕਾਲੀ ਦਲ ਦਾ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਸਥਿਤੀ ਤੁਹਾਨੂੰ ਵੀ ਪਤਾ, ਪੂਰੇ ਪੰਜਾਬ 'ਚ 3 ਸੀਟਾਂ ਆਈਆਂ। ਤੁਸੀਂ ਇਹ ਵੇਖ ਲਓ, ਅਕਾਲੀ ਦਲ ਮੈਦਾਨ ਛੱਡ ਕੇ ਭੱਜ ਗਿਆ। ਤੁਹਾਨੂੰ ਡਿੰਪੀ ਢਿੱਲੋਂ ਚੁਣੌਤੀ ਲੱਗਦੇ ਨੇ? ਬਿਲਕੁਲ ਵੀ ਨਹੀਂ। ਕਿਉਂ ਉਹਨਾਂ ਦਾ ਇੱਥੇ ਨਹੀਂ ਤੁਹਾਨੂੰ ਲੱਗਦਾ? ਉਹ ਖੁਦ ਕਹਿੰਦੇ ਨੇ ਕਿ ਇੱਥੇ ਇੱਕ ਆਧਾਰ ਹੈ ਅਕਾਲੀ ਦਲ ਤੋਂ ਵੱਖ ਹੋ ਕੇ, ਹੁਣ ਆਮ ਆਦਮੀ ਪਾਰਟੀ ਸੱਤਾਧਿਰ ਵਾਲਾ ਇੱਕ ਆਮ ਤੌਰ 'ਤੇ ਬਾਈ ਐਕਸ਼ਨ ਕਿਹਾ ਜਾਂਦਾ ਹੈ। ਗੱਲ ਇਹ ਹੈ, ਚੋਣ ਹਰ ਵਿਰੋਧੀ ਨੇ ਲੜਨੀ ਹੈ, ਪ੍ਰਚਾਰ ਹਰੇਕ ਨੇ ਕਰਨਾ ਹੈ, ਹਰੇਕ ਦਾ ਹੱਕ ਬਣਦਾ, ਪਰ ਲੋਕ ਬੜੇ ਸਿਆਣੇ ਹੈ। ਲੋਕ ਬੰਦੇ ਦਾ ਜ਼ਰੂਰ ਵੇਖਦੇ ਆ ਕਿ ਪਿਛੋਕੜ ਕਿਸ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਇਹ ਲੋਕਾਂ ਦੇ ਨਾਲ ਵਿਚਰਦਾ ਰਿਹਾ, ਕਿਸ ਤਰ੍ਹਾਂ ਦੀ ਜ਼ਿੰਦਗੀ ਰਹੀ ਹੈ। ਵੇਖੋ ਸਾਡੇ ਭਰਾ ਹੈ, ਜਿਉਂਦੇ ਵਾਸਤੇ ਰਹਿਣ, ਪਰ ਜਿਸ ਤਰ੍ਹਾਂ ਇੱਕ ਪਾਰਟੀ ਤੋਂ ਸਾਰਾ ਕੁਛ ਸਾਰੀ ਉਮਰ ਲੈ ਕੇ ਅਖੀਰਲੇ ਦਮ 'ਤੇ ਆ ਕੇ ਦੂਜੀ ਪਾਰਟੀ ਜਾ ਕੇ ਸ਼ਾਮਲ ਹੋ ਗਏ, ਮੈਨੂੰ ਲੱਗਦਾ ਲੋਕ ਇਹ ਪਸੰਦ ਨਹੀਂ ਕਰਦੇ। ਡਿੰਪੀ ਢਿੱਲੋਂ ਦੇ ਲਈ ਤੁਸੀਂ ਇਹ ਗੱਲ ਕਹਿ ਰਹੇ ਹੋ। ਅੱਛਾ, ਮੈਂ ਇੱਕ ਹੋਰ ਤੁਹਾਡੇ ਤੋਂ, ਐਜ਼ ਅ ਵਿਮਨ, ਤੁਹਾਡਾ ਗਿੱਦੜਬਾਹ ਨੂੰ ਲੈ ਕੇ ਕੀ ਰੋਡ ਮੈਪ ਹੈ ਜਾਂ ਤੁਹਾਡਾ ਕੀ ਵਿਜ਼ਨ ਹੈ? ਜੋ ਤਰੱਕੀ ਰਾਜਾ ਜੀ ਨੇ ਆਪਦੇ ਕਾਰਜਕਾਲ ਦੇ ਵਿੱਚ ਸ਼ੁਰੂ ਕੀਤੀ, ਉਹ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਸੇਮ ਉਸੇ ਤਰ੍ਹਾਂ ਜਾਰੀ ਰੱਖਾਂਗੇ। ਮੈਂ ਇੱਥੇ ਲੋਕਾਂ ਨਾਲ ਲੋਕਲ ਗੱਲ ਕੀਤੀ, ਇੱਕ ਸੀਵਰੇਜ ਦੀ ਸਮੱਸਿਆ 10-12 ਸਾਲ ਦੀ, ਕਿਉਂਕਿ ਲੋਕਲ ਹਲਕੇ ਦੀ ਵੀ ਗੱਲ ਹੋਣੀ ਚਾਹੀਦੀ ਹੈ। ਤੁਸੀਂ ਸਰਕਾਰ 'ਚ ਰਹੇ, ਮੰਤਰੀ 'ਚ ਰਹੇ, ਕਿ ਉਹ ਹੱਲ ਹੋ ਪਾਈ? ਤੁਸੀਂ ਖੁਦ, ਅਗਰ ਮੈਂ ਗਲਤ ਨਹੀਂ ਤਾਂ ਤੁਸੀਂ ਕੋਰਟ ਚਲੇ ਗਏ। ਇਹ ਸੀਵਰੇਜ ਦੀ ਜਿਹੜੀ ਸਮੱਸਿਆ ਨਾ ਬ੍ਰਦਰ, ਇਟਸ ਆ ਸੀ ਕੈਟਾਗਰੀ ਮਿਊਂਸਪਲ ਕਮੇਟੀ ਗਿੱਦੜਬਾਹ। ਸੀ ਕੈਟਾਗਰੀ ਮੀਨਸ ਕਿ ਸਾਡੇ ਕੋਲ ਕੋਈ ਰੈਵੀਨਿਊ ਨਹੀਂ ਹੁੰਦਾ, ਸਾਨੂੰ ਸਰਕਾਰ ਸਾਡੀ ਕਮੇਟੀ ਨੂੰ ਰਨ ਕਰਦੀ ਹੈ। ਜਦੋਂ ਮੈਂ 5 ਸਾਲ ਇੱਥੇ ਰਿਹਾ ਅਤੇ ਇੱਥੇ ਸੀਵਰੇਜ ਦੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਸੀ। 5 ਸਾਲ ਗਿੱਦੜਬਾਹ ਨੂੰ ਪੁੱਛ ਲਓ ਕਿ ਜਦੋਂ ਰਾਜਾ ਵੜਿੰਗ ਹੁੰਦਾ ਸੀ ਇੱਥੇ MLA ਜਾਂ ਗਵਰਨਮੈਂਟ ਹੁੰਦੀ ਸੀ ਕਾਂਗਰਸ ਦੀ, ਪਾਣੀ ਕਿੱਥੇ ਖੜ੍ਹਾ ਸੀਗਾ? ਕਿਤੇ ਨਹੀਂ। ਸਾਰੀਆਂ ਰੋਡ ਫਲਾਂ ਸੀਵਰੇਜ, ਔਰ ਮੈਂ ਤੁਹਾਨੂੰ ਦੱਸਦਾ ਜਿੱਥੇ ਸੀਵਰੇਜ ਉਸ ਵੇਲੇ ਡੈਮੇਜ ਸੀਗਾ, ਉਦੋਂ ਮੇਰਾ ਖਿਆਲ ਉਹਦੇ 'ਤੇ 11-12 ਕਰੋੜ ਰੁਪਏ ਅਸੀਂ ਲਾ ਕੇ, ਇਕੱਲੀ ਇੱਕ ਮੇਨ ਰਾਈਜ਼ ਰੇਜ਼ਿੰਗ ਲਾਈਨ ਹੁੰਦੀ ਆ ਉਹ ਅਸੀਂ ਪਵਾਈ
और काफ़ी जगह पर पिंड वाले पास नवा सीवरेज असी पवाया। जो प्रॉब्लम आँदी है इहदी निरंतर इनू सफाई चाहिए है सीवरेज न हर साल मानसून तो पहला हैव यू सीन वो बाथरूम के भी अगर तुम उन्होंने जाली नू साफ ना करो तो वह ब्लॉक हो जाता है। सो वो सफाई नहीं हुई 3 सालों तो दैट एक गिदड़बाजी प्रॉब्लम नहीं है शुक्ला जी, गिदड़बाजी तो है ही है लेकिन ये पूरे पंजाब दे विच सीवरेज की समस्या। जे मुक्तसर जाओ मेरे घर के अगे हुणे भी मैं थोड़ा उलझा सकदा कि सीवरेज बैक मार रहा पानी। इहदा कारण है कि निरंतर जिहड़ियां सी कैटागरी जिहड़ियां म्यूनसिपल कमेटीज़ आ उन्हां नूं सरकार ने फंडिंग कर देनी हुंदी है, जो सरकार बदल जाती है तो फिर वो फंडिंग रुक जाती है क्योंकि साढ़े कोल सोर्सिस तो है नहीं है, सानू कोई कमाई तो है नहीं, सानू सीवरेज के बिल नहीं आते, 80% सीवरेज के बिल सानू नहीं मिलते, 80% सानू पानी दे बिल। ठीक है बड़िंग साहब, इह तर्क हैगा पर गल इह है कि तुसीं सत्ता दे विच रहे हो, तुसीं MLA इत्थों रहे हो, मंत्री रहे, बावजूद इसे उस पॉइंट दे उत्ते तुसीं हैगे हो कि इह समस्या नहीं। पर मैं तुहानूं पुछना चाहुंदा है जदों हार्ट की प्रॉब्लम होगी बाईपास उदों होगी कि पहले ही करा दिओ? नहीं पर सीवरेज की समस्या 5 साल नहीं आई। ठीक है, राजा वड़िंग के कार्यकाल 5 साल सीवरेज की समस्या नहीं आई, आम आदमी पार्टी के कार्यकाल भी 1.5 साल पौने 2 साल समस्या नहीं आई। ठीक है, 6-7 महीने जिहड़े सीगे क्योंकि वह वर्स्ट होंदा गया एक पाइप पुरानी फट गई तो वो मेन वड्डी पाइप फट गई, वो प्रॉब्लम आई। मेरे कहन तो भाव है जो मैं हूँ चल रहा है दौड़ रहा है वधिया फिट है पर मैं हूँ हार्ट की प्रॉब्लम आई इको तो मैं उदों ही कराऊंगा ना। मतलब तुसी कह रहे हो कांग्रेस सत्ता दे विच सी उस समय दिक्कत नहीं सी उस तो बाद है। यू कैन आस्क एनीवन। हां मैं चलो एक बारी क्योंकि तुसी पूरे पंजाब नु देख रहे हो, बाई इलेक्शन 2024 दी 4 सीटां दा शायद जाणिया जाएगा या तो टिकट्स मिली टर्नकोट्स नु या फिर फैमिली मैंबर्स नु कांग्रेस दे उत्ते भी एलीगेशन नहीं। नो मेरी बंदो फैमिलीज़ नो अल्टीमेटली देखो ये जेडे इल्जामत है ना ये पब्लिक दे इल्जामत नहीं है, पब्लिक दे नहीं है, नहीं एक मीडिया हाउसेस कदे कदे इन्हां गल्लां नूं चखदा है शुक्ला जी। यू कैन आस्क इन गिदड़बा, यू कैन गो इन डेरा बाबा नानक, यू कैन गो इन बरनाला, You can go to Chabbewal, सुनो। नहीं Chabbewal दा मैं specifically जिक्र करां कि BSP तो चोन लड़न वाले कुछ दिन पहला आए उन्होंने तुसी टिकट दिती है, सवाल तो होंगे पार्टी। देखो पार्टी जिहड़ी है ना हुण अजकल सारा काम इधर उधर क्योंकि Chabbewal दे विच एक बंदा पार्टी नूं छड़ के गया ते उहनूं उह जित गया है। हुण साडे कोले जिहड़ा अपना स्ट्रक्चर हैगा उत्थे जिन्हों असी 15 साल टिकट दे के 3 वारी MLA बनाया जिन्हों पूरा स्ट्रक्चर देता उन्हें इक्को दम साडा स्ट्रक्चर तैश नैश करता और जो तैश नैश करता वो चला गया साढ़े को हूँ जोड़ा बंदा असी बिल्डअप करना है कोई भी उन्होंने असी कितों ना कितों लैके आना है दैट हू इज़ द कैपेबल मैन। तुसी देखो ना इत्थे जिहड़ा आ गढ़ सीगा बादल वालियां दा फॉर एग्जाम्पल और गिदड़बा दे विच जड़ा सीगा इन्हां कोले कमांड सीगी 15 साल दी डिंपी ढिल्लों होरां कोले, डिंपी ढिल्लों गया अज चुनाव चों ही भज गई है अकाली दल। सो मेरे कहने मतलब साढ़े कोले ऑप्शन नहीं सी, देयर इज नो ऑप्शन, पर लॉयल वर्कर काला ढिल्लों जड़ा डिस्ट्रिक्ट प्रेजिडेंट सीगा असीं उहनूं टिकट दित्ती। अनदर थिंग वाई नॉट अगर राज वट इज़ द मीनिंग ऑफ द राजनीति, राज दी नीति, असी अगर जितने वाले नूं अगर टिकट देंगे ज चंगे कैंडीडेट नूं वधिया गल नहीं है, फिर अगर असी जितने वाले टिकट नूं अगर लोगों की विश के अगेंस्ट टिकट देती तो फिर लोग कह देंगे कि वह रले हुए है वो जान के नहीं लड़े। आई थिंक अमृता वड़िंग और सुखजिंदर रंधावा और काला ढिल्लों वर्कर नूं भी दित्ती ना, सो दे आर द बेस्ट कैंडीडेट जिन्होंने असी टिकट दी है लोगों की विश के मुताबिक शुक्ला साहब। ठीक है देखो ये एक डिप्लोमेटिक आंसर के तौर पर भी कहा जाता, आम तौर पर पॉलिटिशन यही कहें कि जोड़े विनिंग एबिलिटी जिन्हों के पिछा उन्होंने टिकट दी। ठीक है तुसी नहीं, नहीं, ब्रदर, ना ना मैं थोड़ा एक सवाल थोड़ा करना चाहना मैं प्लीज अल्टीमेटली जोड़ा पॉलिटिशियन का परिवार है वो कितने जाएगा, डॉक्टर का बंद बच्चा की बन रहा है डॉक्टर, जे कोई दुकान आड़ती चला तो वह बच्चा की बनता आड़ती, कोई IAS ऑफिसर है वह बच्चा की बनता है IAS, जे पॉलिटिशियन का फैमिली इफ एनीबडी बिकम द पॉलिटिशियन द वन हू इज़ कैपेबल। हुण दूजी बारी बन गया उमर अब्दुल्ला मुख्यमंत्री, अगर फारूक अब्दुल्ले दे मुंडे च कैपेबिलिटी है मुख्यमंत्री बनती तो बन गया,
मुलायम सिंह यादव के मुंडे च कपैसिटी सी तो बन गया। सो मेरे कहने मतलब राजीव गांधी जी के बेटे च राहुल गांधी की कपैसिटी है तो नाउ इज़ अ पॉलिटिशियन। हुण कल नूं तुसीं कहोगे वाई प्रियंका गांधी इज कंटेस्टिंग द चुनाव, मेरे कहने मतलब द वन हू इज़ कैपेबल, उन्हीं कैपेबिलिटी ते इस करके शक कर लिया जाए कि वह किसी फैमिली का पॉलिटिशियन का मैंबर है, इस करके उन्होंने ना लिया जाए। तुहाडे ब्रदर नूं न्यूज़ 18 इस करके ना लवे कि शुक्ला ऑलरेडी साढ़े को है, वी डोंट नीड अनदर शुक्ला, उरी कैपेसिटी हो सकता चंगी होवे तो दो शुक्ले भी साढ़े को काम कर सकते हैं। चलो ठीक है, देखो नेपोटिज्म का गल हुंदा मैं इस करके जिक्र करिया सी, मैं इंटरव्यू दे आखिरी एक दो सवाल मैं पहले ये जानना चाहना कि तुसी इस इलेक्शन दे पूरे कैंपेन दे दौरान अज इकट्ठे साढ़े नाल बैठे हो वैसे टाइम मिल रहा है बैठण दा या नहीं? ਘੱਟ ਮਿਲਦਾ ਯਾਰ ਮੈਂ ਅੰਮ੍ਰਿਤਾ ਜੀ ਹੁਣ ਤਾਂ ਕਿ ਇਕੱਠੇ ਬੈਠਣ ਦਾ ਟਾਈਮ ਮਿਲ ਰਿਹਾ ਕਿ ਨਹੀਂ, ਲੋਕ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਜਾਂ ਫਿਰ ਇੰਟਰਵਿਊ ਦੇ ਜ਼ਰੀਏ ਹੀ ਕਿ ਥੈਂਕਸ ਟੂ ਟੀ ਵੀ ਵਾਲੇ ਨਿਊਜ਼ 18 ਪੰਜਾਬ ਕਿ ਘੱਟੋ ਘੱਟ ਇੱਕ ਘੰਟਾ ਤੁਸੀਂ ਇਕੱਠੇ ਬੈਠੇ ਹੋ। ਸਵੇਰ ਮਾਰਨਿੰਗ ਦੇ ਵਿੱਚ ਜਿਹੜੀ ਮਾਰਨਿੰਗ ਟੀ ਲਈ ਦੀ ਹੈ ਉਹ ਕੋਸ਼ਿਸ਼ ਕਰੀਦਾ ਕਿ ਇਕੱਠੇ ਪੀ ਲਈਏ, ਕੋਸ਼ਿਸ਼ ਰਹਿੰਦੀ ਹੈ ਕਿ ਇਕੱਠੇ ਬੈਠ ਸਕੀਏ ਪਰ ਸਮਾਂ ਘੱਟ ਮਿਲਦਾ। ਠੀਕ ਹੈ ਚਲੋ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਲਵਾਂਗਾ ਕਿ ਤੁਸੀਂ ਮੁਕਾਬਲੇ ਦਾ ਜ਼ਿਕਰ ਨਹੀਂ ਕੀਤਾ ਕਿ ਕਿਸ ਦੇ ਨਾਲ ਮੁਕਾਬਲਾ ਹੋਊਗਾ, ਮਨਪ੍ਰੀਤ ਬਾਦਲ ਡਿੰਪੇ ਢਿੱਲੋਂ ਤੁਹਾਨੂੰ ਫਾਈਟ ਦੇ ਵਿੱਚ ਨਜ਼ਰ ਨਹੀਂ ਆ ਰਹੇ ਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਡਾਇਰੈਕਟਲੀ ਕਿ ਅੱਜ ਡਿੰਪੇ ਢਿੱਲੋਂ ਨਾਲ ਫਾਈਟ ਦੇਖ ਰਹੇ ਹੋ ਜਾਂ ਮਨਪ੍ਰੀਤ ਬਾਦਲ ਦੇ ਨਾਲ ਦੇਖ ਰਹੇ ਹੋ? ਮੈਂ ਤਾਂ ਸਿਰਫ ਕੀਤੇ ਕੰਮਾਂ ਨੂੰ ਅੱਗੇ ਰੱਖ ਕੇ ਵੋਟ ਦੀ ਬੇਨਤੀ ਕਰ ਰਹੀ ਹਾਂ, ਹਮੇਸ਼ਾ ਇਸੇ ਤਰ੍ਹਾਂ ਬੇਨਤੀ ਕੀਤੀ ਹੈ। ਔਰ ਸਾਹਮਣੇ ਕੌਣ ਹੈ, ਕੌਣ ਕੀ ਕਰ ਰਿਹਾ ਹੈ, ਵਿਰੋਧੀ ਕੀ ਬੋਲ ਰਹੇ ਹੈ, ਕੀ ਕਰ ਰਿਹਾ ਹੈ, ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਐਂਡਿੰਗ ਅੰਬੈਸੀ ਵੀ ਕਈ ਵਾਰੀ ਇੱਕ ਫੈਕਟਰ ਬਣ ਜਾਂਦੀ ਹੈ ਜਦ 10 12 15 ਸਾਲ ਤੁਸੀਂ ਸੇਮ ਹਲਕੇ 'ਚ ਬੈਕ ਟੂ ਬੈਕ ਤੁਹਾਡੇ ਫੈਮਿਲੀ ਦੇ ਕੋਲ ਵਿਧਾਇਕੀ ਹੋ, ਜਦੋਂ ਇੰਨਾ ਕੰਮ ਕੀਤਾ ਹੋਵੇ ਫਿਰ ਐਂਟੀ ਇਨਕੰਬੈਂਸੀ ਨਹੀਂ ਹੁੰਦੀ। ਬਣੀ ਜੀ ਤੁਹਾਡੇ ਤੋਂ ਇੱਕ ਆਖਰੀ ਸਵਾਲ, ਬੜਿੰਗ ਸਾਹਿਬ ਫੈਮਿਲੀ ਦੀ ਵਜ੍ਹਾ ਨਾਲ ਬਾਕੀ 3 ਸੀਟਾਂ 'ਤੇ ਫੋਕਸ ਕਰ ਪਾਉਣਗੇ? ਡੈਫੀਨੇਟਲੀ ਮੈਂ ਜਾਊਂਗਾ, ਮੇਰਾ ਖਿਆਲ ਆਈ ਥਿੰਕ ਡੇਰਾ ਬਾਬਾ ਨਾਨਕ ਸੁਖਜਿੰਦਰ ਰੰਧਾਵਾ ਇਜ਼ ਕੈਪੇਬਲ ਇਨਫ ਟੂ ਹੈਂਡਲ ਦੈਟ ਸੀਟ, ਉਹ ਜਿਹੜੀ ਡੇਰਾ ਬਾਬਾ ਨਾਨਕ ਹੈ ਕਿਉਂਕਿ ਅਸੀਂ ਵੰਡ ਲਿਆ ਇਹ ਨਾ, ਹੋਲ ਮਾਝਾ ਇਜ਼ ਨਾਓ ਗੁਰਦਾਸਪੁਰ ਚ ਵਿੱਚ ਜਿਹੜੇ ਲੀਡਰ ਹੈ ਉੱਥੋਂ ਬਿਲਕੁਲ ਲਾਈਕ ਬਾਜਵਾ ਜੀ ਹੈ, ਬਾਜਵਾ ਜੀ ਹੈ, ਸਰਕਾਰੀਆ ਸਾਹਿਬ ਨੇ, ਉਹ ਸਾਰੇ ਉੱਥੇ ਰਹਿਣਗੇ। ਐਂਡ ਜਿਹੜਾ ਟੋਟਲ ਦੁਆਬਾ ਹੈ ਰਾਣਾ ਗੁਰਜੀਤ ਐਂਡ ਐਵਰੀਬਡੀ ਸਾਰੇ ਲੋਕ, ਇਹ ਦੁਆਬਾ ਫੋਕਸ ਹੋਊਗਾ ਚੱਬੇਵਾਲ 'ਤੇ। ਠੀਕ ਹੈ। ਐਂਡ ਜਿਹੜਾ ਮਾਲਵਾ ਹੈਗਾ ਉਹਨੂੰ ਅਸੀਂ ਬਾਈਫਰਗੇਟ ਕਰ ਲਿਆ ਕਿ ਜਿਹੜਾ ਪਟਿਆਲਾ ਤੁਹਾਡਾ ਰਾਜਪੁਰਾ ਤੁਹਾਡਾ ਸੰਗਰੂਰ ਬਰਨਾਲਾ ਮਾਨਸਾ ਇਹ ਜਿਹੜਾ ਅਖੀਰ ਤੱਕ ਮੋਹਾਲੀ ਇਹ ਸਾਰੇ ਦੇ ਸਾਰੇ ਜਿਹੜੇ ਜ਼ਿਲ੍ਹੇ ਹੈਗੇ ਹੈ ਇਹ ਫੋਕਸ ਕਰਨਗੇ ਬਰਨਾਲਾ ਸੀਟ। ਐਂਡ ਦਿਸ ਇੱਧਰਲਾ ਮਾਲਵਾ ਜਿਹੜਾ ਹੈਗਾ ਅਪ ਟੂ ਫਰੀਦਕੋਟ ਮੋਗਾ ਅਸੀਂ ਇੱਥੇ ਜਿਹੜਾ ਸੈਟ ਡਾਊਨ ਕਰਾਂਗੇ। ਹਾਂ ਮਤਲਬ ਤੁਹਾਡਾ ਫੋਕਸ ਮੇਨਲੀ ਗਦੜ ਬਾਹਰ ਤੇ ਰਹੇ, ਜਿੱਥੇ ਵਿਜ਼ਿਟ ਸੋਣੀਆਂ ਜਿੱਥੇ ਬੁਲਾਇਆ ਜਾਏਗਾ ਜਿੱਥੇ ਮੇਰਾ ਕੰਮ ਹੋਏਗਾ ਉਹ ਡੈਫੀਨੇਟਲੀ ਆਈ ਵਿਲ ਗੋ। ਐਂਡ 4 ਸੀਟਾਂ ਦੇ ਉੱਤੇ ਬਾਈ ਇਲੈਕਸ਼ਨ ਹੈ, ਬਤੌਰ ਪ੍ਰਧਾਨ ਕੀ ਸਕੋਰ ਰਹੇਗਾ ਕਾਂਗਰਸ ਦਾ, ਕੁਝ ਪ੍ਰੈਡਿਕਟ ਕਰ ਸਕਦੇ? ਸਕੋਰ ਚੰਗਾ ਰਹੇਗਾ, ਨਥਿੰਗ ਮੈਂ ਫੇਕ ਗੱਲਸ ਕਰਦਾ ਨਹੀਂਗਾ, ਜਿਵੇਂ ਮੈਂ ਨਹੀਂ ਇਹ ਕਹੂੰਗਾ 13-0 25 ਸਾਲ ਰਾਜ ਕਰ 4-0 ਕਹਿ ਸਕਦੇ ਹੋ ਤੁਸੀਂ? ਨਹੀਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੇਰਾ ਨੰਬਰ ਸਭ ਤੋਂ ਵੱਡਾ ਹੋਏਗਾ ਕਾਂਗਰਸ ਪਾਰਟੀ ਦਾ, ਯਾਦ ਹੋਣਾ ਤੁਸੀਂ ਸ਼ੁਕਲਾ ਜੀ ਇੰਟਰਵਿਊ ਕੀਤੀ ਸੀ, ਯੂ ਸੈਡ ਕਿ ਨੰਬਰ ਦੱਸੋ, ਮੈਂ ਕਿਹਾ ਮੈਂ 13-0 ਨਹੀਂ ਕਹਾਂਗਾ। ਉਹ ਨੰਬਰ ਮੇਰਾ ਤੁਸੀਂ ਦੇਖ ਲਓ, ਜੋ ਮੈਂ ਕਿਹਾ ਸੀ ਉਹ ਸੱਚ ਹੋਇਆ, ਨੰਬਰ ਸਾਡਾ ਵੱਡਾ ਸੀ, 7 ਸੀਟਾਂ ਜਿੱਤੇ। ਹੁਣ ਮੈਨੂੰ ਲੱਗਦਾ ਕਿ ਰੈਲੇਵੈਂਟ ਅਸੀਂ ਲੋਕ ਦੂਸਰੀਆਂ ਪਾਰਟੀਆਂ ਨੂੰ ਟੌਪ ਪਰਫਾਰਮਰ ਹੋਵਾਂਗੇ। ਅਤੇ 4 ਸੀਟਾਂ 'ਤੇ ਮੁਕਾਬਲਾ ਆਮ ਆਦਮੀ ਪਾਰਟੀ, ਯਾਰ ਇਹ ਜ਼ਰੂਰੀ ਨਹੀਂ ਹੈ ਕਿਹਦੇ ਨਾਲ ਮੁਕਾਬਲਾ, ਬਿਕੋਜ਼ ਹਜੇ ਚੁਣਾਵ ਦੇ ਕੈਂਡੀਡੇਟ ਅਨਾਊਂਸਮੈਂਟ ਨੂੰ ਇੱਕ ਇੱਕ ਦਿਨ ਹੋਇਆ, ਹਜੇ ਤੇਲ ਦੇਖੋ ਤੇਲ ਦੀ ਧਾਰ ਦੇਖੋ, ਐਵੇਂ ਕਹਿ ਦਈਏ ਕਿ ਫਲਾਣਾ ਮੁਕਾਬਲਾ ਹੈ ਆਹ ਨਹੀਂ ਹੈ ਆਹ ਨਹੀਂ ਹੈ, ਕਈ ਵਾਰੀ ਇੰਨੇ ਲੋਕ ਅੱਕ ਜਾਂਦੇ ਆ, ਬਿਕੋਜ਼ ਹੁਣ ਫਾਰਮਰਸ ਦਾ ਬਹੁਤ ਸਾਰਾ ਗੁੱਸਾ ਚੜਿਆ ਹੋਇਆ, ਜੀ ਐੱਸ ਟੀ ਨੇ ਕਮਾਲਾਂ ਕੀਤੀਆਂ ਹੋਈਆਂ, ਹਰ ਦੁਕਾਨ 'ਤੇ ਜੀ ਐੱਸ ਟੀ ਤੁਰੀ ਫਿਰਦੀ ਹੈ, ਈਵਨ ਜੀ ਐੱਸ ਟੀ ਪਾਰਲਰਸ 'ਤੇ ਪਹੁੰਚ ਗਈ, ਉਹ ਕਹਿੰਦੇ ਗੂਗਲ ਸ਼ੀਟ ਭਰੋ, ਇਹਨਾਂ ਦੇ ਮਾਨਯੋਗ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਹਰ ਦੁਕਾਨ 'ਤੇ ਪੰਜਾਬ ਦੇ ਅੰਦਰ ਜੀ ਐੱਸ ਟੀ ਦਾ ਬਾਹਰ ਨਾਕਾ ਲਾਇਆ ਹੋਇਆ, ਟੈਰਰ ਜੀ ਐੱਸ ਟੀ। ਇੱਕ ਬੰਦਾ ਕੱਲ੍ਹ ਗਿੱਦੜਬਾਜ ਮਿਲਿਆ, ਉਹਦਾ 4 ਵਾਰੀ ਮੋਟਰਸਾਈਕਲ ਚੋਰੀ ਹੋ ਗਿਆ, ਡਰੱਗਸ ਚਰਨ ਸੀਮਾ 'ਤੇ 4 ਵਾਰੀ, ਮਤਲਬ ਕਿ 4 ਗੁਣਾ ਡਰੱਗਸ ਹੋ ਗਈ, ਸਾਡੇ ਵੇਲੇ ਵੀ ਡਰੱਗ ਸੀਗੇ ਬਟ ਹੁਣ 4 ਗੁਣਾ ਹੋ ਗਈ। ਮੰਡੀਆਂ 'ਚ ਕਿਸਾਨਾਂ ਦੀ ਫਸਲ ਪਈ ਹੈ, ਤਾਂਗਾਂ ਲੱਗ ਰਹੀਆਂ, ਕੋਈ ਚੱਕ ਨਹੀਂ ਰਿਹਾ, ਆੜ੍ਹਤੀ ਆਲ ਰੁੱਲ ਰਿਹਾ, ਕਿਸਾਨ ਚੀਕਾਂ ਮਾਰ ਰਿਹਾ,
ਸਾਰੇ ਇਸ਼ੂਸ ਤੋਂ ਲੱਗਦੇ ਕਿ ਬਾਈ ਇਲੈਕਸ਼ਨਸ ਦੇ ਮੇਨ ਇਸ਼ੂਸ। ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕਿਤੇ ਯੂ ਨੈਵਰ ਨੋ ਜਿਸ ਪ੍ਰਕਾਰ ਦਾ ਮਿਸ ਹੈਂਡਲਿੰਗ ਹੈਗੀ ਹੈ ਗਵਰਨਮੈਂਟ ਦੀ ਚਾਰੇ ਸੀਟਾਂ ਚਿੱਤ ਕਰ ਜਾਏ ਅਤੇ ਕਿਤੇ ਹੋਰ ਮਾੜੀ ਪੋਜੀਸ਼ਨ ਚਲੀ ਜਾਵੇ। ਇਹ ਵੀ ਹੋ ਸਕਦਾ ਸੰਗਰੂਰ ਬਾਈ ਇਲੈਕਸ਼ਨ ਹਾਰੇ ਮਹੀਨੇ ਬਾਅਦ ਹੀ ਸਿਮਰਜੀਤ ਸਿੰਘ ਮਾਨ ਜਿੱਤੇ ਰਾਜਧਾਨੀ ਚੋਂ ਹਾਰ ਗਏ ਸੀ। ਸੋ ਇੰਨਾ ਗੁੱਸਾ ਹੈਗਾ ਲੈਟ ਸੀ ਕਿ ਉਹ ਕਿੱਦਾਂ ਹੈਂਡਲ ਕਰਦੇ ਆ। ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਏ। ਅਮ੍ਰਿਤ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਥੋੜ੍ਹੇ ਟਾਇਰਡ ਲੱਗ ਰਹੇ ਹੋ ਕਿ ਪੂਰੇ ਦਿਨ ਦੀ ਕੈਂਪੇਨ ਤੋਂ ਬਾਅਦ ਇੱਕ ਇੰਟਰਵਿਊ, ਲੌਂਗ ਇੰਟਰਵਿਊ, ਬਹੁਤ ਸਾਰੇ ਸਵਾਲ ਜਵਾਬ। ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ। ਥੈਂਕ ਯੂ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਚੰਗਾ ਲੱਗਦਾ ਹੈ ਆਪਦੇ ਭਰਾ ਨਾਲ ਇੰਟਰਵਿਊ ਕਰਕੇ, ਆਨੰਦ ਆ ਜਾਂਦਾ ਹੈ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਤਾਂ ਗੱਲਬਾਤ ਅਸੀਂ ਕੀਤੀ ਹੈ, ਗੱਲ ਇਹ ਕਿ ਹੁਣ 13 ਤਰੀਕ ਨੂੰ ਵੋਟਾਂ ਅਤੇ 23 ਤਰੀਕ ਨੂੰ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦਾਅਵਿਆਂ 'ਚ ਕੀ ਦਾਮ ਹੈ, ਗਿੱਦੜਬਾਹਾ ਦੇ ਲੋਕ ਕਿਸ ਨੂੰ ਚੁਣਦੇ ਨੇ, ਬਾਕੀ ਦੀਆਂ ਜਿਹੜੀਆਂ 3 ਸੀਟਾਂ ਨੇ ਉੱਥੇ ਕਿਸ ਨੂੰ ਚੁਣਦੇ ਨੇ। ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਦੇ ਨਾਲ।